नमस्कार, आप देख रहे हैं कि लाइव न्यूज चैनल। शराब के ठेके में 3,52,000 की लूट। चोरों ने रात को शराब के ठेके की दीवार तोड़कर घटना को दिया गया अंजाम। घटना सेखवा अड्डे की है, जहां ठेका इंचार्ज रात ठेका बंद करके गया था। जब सुबह आकर देखा तो थोड़ा शटर खुला था और सामान बिखरा हुआ था, जिसकी सूचना थाना सेखवा को दी गई। पुलिस ने मौका का जायजा लेकर जाँच शुरू कर दी है। जिक्र योग्य बात यह है कि लॉकडाउन के दौरान इस तरह की लूट की ये इलाके में 7वीं घटना है। गुरदासपुर से जगजीत सिंह के विशेष रिपोर्ट। ਵੀਰ ਜੀ ਕੀ ਜਾਣਕਾਰੀ ਦਿੰਦੇ ਜਿਸ ਤਰ੍ਹਾਂ ਚੋਰੀ ਹੋਈ ਤੁਹਾਡੇ ਇੱਥੇ ਠੇਕੇ 'ਤੇ? ਜਾਣਕਾਰੀ ਕੁਛ ਨਹੀਂ ਭਾਈ, ਮੈਂ ਰਾਤ ਕੈਚ ਤੋਂ ਆਇਆ ਵਾ ਨਾਈਟ। ਆਹ ਵੀਰ ਹੋਣੀ ਗੱਡੀ ਲੈ ਗਿਆ, ਇਹ ਡਰਾਈਵਰ ਹੈਗੇ ਸਾਡੀ ਗੱਡੀ ਦੇ, ਅਤੇ ਉਹ ਤੋਂ ਬਾਅਦ ਆਪਾਂ 9:15 ਤੋਂ 10 ਮਿੰਟ ਖਲੋਤੇ ਆਪਾਂ ਡਿਟੇਲ ਬਣਾਉਂਦਾ ਪਏ ਕੈਸ਼ ਦੀ। 17,000 ਰੁਪਏ ਨਾਈਟ ਕੈਸ਼ ਸੀ ਸਾਡਾ। ਤੋਂ ਬਾਅਦ 'ਚ ਆਪਾਂ ਇਹਨਾਂ ਨੂੰ ਚੁਕਾ ਕੇ ਨਾ ਅਤੇ ਨਾਲ ਹੀ ਠੇਕਾ ਬੰਦ ਕਰਾ ਕੇ ਜਾਂਦੇ, ਕਿਉਂਕਿ ਇੱਥੇ ਵੀ ਅੱਗੇ 2 ਵਾਰੀ ਕਾਂਡ ਹੋਇਆ, ਗੋਲੀ ਗਾਲੀ ਵੀ ਇੱਥੇ ਚੱਲੀ ਹੈ ਇੱਥੇ ਠੇਕੇ 'ਤੇ। ਉਹ ਤੋਂ ਬਾਅਦ ਆ ਫਿਰ ਪਹਿਲਾਂ ਮੈਂ ਬਟਾਲੇ ਦਾ ਵਾ ਨਾ ਸੇਲਮੈਨ, ਆਹ ਰਸਤੇ ਜਾਂਦਾ ਸੀ ਅਤੇ ਇੱਧਰ ਵੀ ਮੈਨੂੰ ਮੁੰਡੇ ਮਾਂਡੇ 1-2 ਵਾਰੀ ਪਏ ਆ, ਪਰ ਉਦੋਂ ਮੈਂ ਨਿਕਲ ਜਾਂਦਾ ਰਿਹਾ। ਫਿਰ ਮੈਂ ਰਸਤਾ ਹੀ ਛੱਡਤਾ, 2 ਹਫ਼ਤੇ ਹੋ ਗਏ ਆ। ਉਹ ਤੋਂ ਬਾਅਦ ਫਿਰ ਮੈਂ ਵਡਾਲਾ ਗ੍ਰੰਥੀਆ ਥਾਣੀ ਜਾਣ ਦਿਆ ਪਿਆ, ਉੱਥੇ ਹੋਰ ਵੀ ਸਾਡੇ ਸੇਲਮੈਨ ਹੈਗੇ ਆ ਮੇਨ 'ਤੇ, ਫਿਰ ਅਸੀਂ ਉਹਨਾਂ ਨਾਲ ਜਾਂਦੇ ਸੀ। ਇਹ ਠੇਕੇ 'ਤੇ ਕਿੱਥੇ ਚੋਰੀ ਹੋਈ ਹੈ ਤੁਹਾਡਾ ਠੇਕੇ ਦਾ? ਭਾਈ ਅੱਡਾ ਸੇਖਵਾਂ ਦਾ। ਹਾਂਜੀ, ਕਿੰਨੀ ਕੁ ਚੋਰੀ ਹੋਈ ਹੈ? ਚੋਰੀ ਹੋਈ ਆ ਭਾਈ 3,52,790 ਨਾ। ਇੱਕ ਮਿੰਟ, 3,52,190 ਰੁਪਏ ਦੀ ਚੋਰੀ ਆ। ਕੈਸ਼ ਕਿੰਨਾ ਸੀ? ਕੈਸ਼ ਭਾਈ ਹੈਗਾ ਵੀ ਸੀ 1,200 ਰੁਪਇਆ ਕੈਸ਼। ਚੋਰੀ ਨੂੰ ਇਲਜ਼ਾਮ ਕਿੱਦਾਂ ਦਿੱਤਾ ਗਿਆ, ਕਿੱਦਾਂ ਚੋਰੀ ਕੀਤੀ ਉਹਨਾਂ ਨੇ? ਚੋਰੀ ਭਾਈ ਦੇਖੋ, ਮੈਂ ਇਹਦੇ ਘਰ ਜਾ ਕੇ ਸੌਂ ਗਿਆ ਸੀ, 10:30 ਤੱਕ ਮੈਂ ਘਰ ਚਲ ਗਿਆ। ਉਹ ਤੋਂ ਬਾਅਦ ਸਵੇਰੇ ਮੈਂ ਸੁਬਹਾ ਦੁਕਾਨ 'ਤੇ ਆਉਣਾ ਸੀ, 6:30-7 ਵਜੇ ਦੁਕਾਨ 'ਤੇ ਆਉਂਦਾ ਵਾਂ, ਅਤੇ ਅੱਜ ਮੈਂ ਥੋੜ੍ਹਾ ਜਿਹਾ ਸਗੋਂ 10-15 ਮਿੰਟ ਲੇਟ ਹੋ ਗਿਆ ਸੀ। 7:15 ਮੈਂ ਦੁਕਾਨ 'ਤੇ ਆਇਆ, ਉਹ ਤੋਂ ਬਾਅਦ ਪਤਾ ਹੀ ਨਹੀਂ ਲੱਗਾ ਵੀ ਮੈਂ ਸ਼ਟਰ ਚੁੱਕਿਆ, ਹਾਫ਼ ਹੀ ਚੁੱਕਿਆ, ਇਹਦੇ ਖਲਾਰਾ ਬੜਾ ਪਿਆ ਸੀ, ਮੈਂ ਦੁਕਾਨ ਦੇ ਅੰਦਰ ਨਹੀਂ ਭਰਿਆ। ਉਹ ਤੋਂ ਬਾਅਦ ਫਿਰ ਮੈਂ ਨਾ ਮੈਂ ਫਿਰ ਪਿੱਛੋਂ ਹੀ ਭੱਜ ਗਿਆ, ਮੈਂ ਚੋਰੀ ਹੋ ਗਈ ਆ ਦੁਕਾਨ 'ਤੇ, ਪਿੱਛੇ ਵੇਖਿਆ ਤਾਂ ਕੰਧ ਪੱਟੀ ਆ ਭਾਈ। ਉਹ ਤੋਂ ਬਾਅਦ ਫਿਰ ਮੈਂ ਇੰਚਾਰਜਾਂ ਨੂੰ ਫੋਨ ਲਾਉਣੇ ਸ਼ੁਰੂ ਕਰਤੇ ਆ, ਸਾਡੇ ਇੱਥੇ ਰਾਜੂ ਭਾਅ ਜੀ ਹੈਗੇ ਆ ਇੰਚਾਰਜ ਇੱਥੇ ਵਡਾਲੇ ਗ੍ਰੰਥੀਆ ਕੋਠੀ 'ਚ, ਅਤੇ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ, ਫਿਰ ਅਮਿਤ ਭਾਅ ਜੀ ਹੈਗੇ ਆ ਨਸ਼ਹਿਰੇ ਦੇ ਇੰਚਾਰਜ, ਫਿਰ ਮੈਂ ਉਹਨਾਂ ਨੂੰ ਵੀ ਕੀਤਾ ਅਤੇ ਫਿਰ ਉਹ ਕਹਿੰਦੇ ਕੋਈ ਮੈਨੂੰ ਦੋਵਾਂ ਹੀ ਆਉਣਾ। ਕੋਈ ਮਿਲੇ ਹੱਲ ਨਹੀਂ ਹੋਇਆ ਨਹੀਂ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਜੀ ਸਰ ਦਿਓ ਜੀ ਜਾਣਕਾਰੀ ਦਿਓ ਜੀ ਸੇਖਵਾਂ ਅੱਡੇ ਚੋਰੀ ਹੋਈ ਜੀ ਅੱਡਾ ਸੇਖਵਾਂ ਚੋਰੀ ਹੋਈ ਹੈ ਠੇਕੇ 'ਤੇ ਜੀ ਉਹਦਾ ਮੌਕਾ ਵੇਖਿਆ ਵਾ ਤਫਤੀਸ਼ ਕਰ ਰਹੇ ਹਾਂ ਜੋ ਤਦ ਸਾਹਮਣੇ ਆਉਣਗੇ ਉਸ ਸੰਬੰਧੀ ਕਾਰਵਾਈ ਕੀਤੀ ਜਾਏਗੀ